ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਕੀ ਹਾਲ ਚਾਲ? ਸਾਰੇ ਤੁਸੀਂ ਠੀਕ ਠਾਕ ਹੋ? ਅੱਜ ਦੀ ਵੀਡੀਓ ਦੇ ਵਿੱਚ ਮੈਂ ਜੋ ਤੁਹਾਡੇ ਸਾਹਮਣੇ ਵਜਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਲਾਸਟ ਦੋ ਵੀਡੀਓਜ਼ ਆਪਾਂ ਬਣਾਈਆਂ ਸੀ ਚਲੰਤ ਕਹਿਰਵੇ ਦੀਆਂ ਲੱਗੀਆਂ ਦੀਆਂ, ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਆਪਾਂ ਇਹ ਲੱਗੀਆਂ ਵੀ ਵਿੱਚ ਐਡ ਕਰਨੀਆਂ ਹਨ। ਸੋ ਇਹਨਾਂ ਦੇ ਬੋਲ ਕੀ ਹਨ ਮੈਂ ਤੁਹਾਨੂੰ ਸਲੋ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਫਿਰ ਵੀ ਜਾਂਦੇ ਹਾਂ ਥੋੜ੍ਹਾ ਜਿਹਾ ਫਾਸਟ ਵੀ ਜਾਂਦੇ ਹਾਂ ਇਹਨੂੰ। ਇਸ ਤੋਂ ਬਾਅਦ ਇਹਦੀ ਨੈਕਸਟ ਸ਼ੁਰੂਆਤ ਤੁਸੀਂ ਤਿੱਟ ਦੀ ਕਰਨੀ ਹੈ ਇੱਥੋਂ। ਤਿੰਨ ਦਿਨ ਦਾ ਜੋ ਵਜਾਉਣ ਦਾ ਤਰੀਕਾ ਹੈ ਉਹ ਤੁਹਾਨੂੰ ਮੈਂ ਪਹਿਲੀਆਂ ਵੀਡੀਓ ਦੇ ਵਿੱਚ ਦੱਸਿਆ ਹੀ ਹੈ, ਸੇਮ ਉਹੀ ਤਰੀਕਾ ਹੈ ਵਜਾਉਣ ਦਾ। ਇੱਕ ਵਾਰੀ ਥੋੜ੍ਹਾ ਜਿਹਾ ਫਾਸਟ ਵਜਾਉਂਦੇ ਹਾਂ ਇਹਨੂੰ। ਨੈਕਸਟ ਹੈ ਧਾ ਤਿੱਟ ਕਿੱਟ ਤੱਕ ਤਿੱਟ ਕਿੱਟ ਤੇਨ, ਧਾ ਤਿੱਟ ਕਿੱਟ ਤੱਕ ਤਿੱਟ ਕਿੱਟ ਧੇਨ। ਹੁਣ ਤੱਕ ਦਾ ਪ੍ਰਯੋਗ ਵਿੱਚ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ। ਧਾ ਕਿੱਟ ਕਿੱਟ ਤੱਕ, ਦੁਬਾਰਾ ਵਜਾਉਂਦੇ ਹਾਂ, ਧਾ ਕਿੱਟ ਕਿੱਟ ਤੱਕ ਕਿੱਟ ਕਿੱਟ ਧੇਨ, ਧਾ ਕਿੱਟ ਕਿੱਟ ਤੱਕ ਕਿੱਟ ਕਿੱਟ ਧੇਨ, ਧਾ ਕਿੱਟ ਕਿੱਟ ਤੱਕ ਕਿੱਟ ਕਿੱਟ ਧੇਨ, ਧਾ ਜਾਂ ਫਾਸਟ ਵਜਾਉਂਦੇ ਹਾਂ ਇਹਨੂੰ, ਥੋੜ੍ਹਾ ਹੋਰ ਫਾਸਟ। ਜਿਸ ਤਰ੍ਹਾਂ ਤੁਸੀਂ ਇਹਨਾਂ ਬੋਲਾਂ ਨੂੰ ਰਿਆਜ਼ ਕਰੀ ਜਾਓਗੇ, ਤਿਰਕਟ ਤੁਹਾਡੀ ਹੌਲੀ ਹੌਲੀ ਫਾਸਟ ਹੁੰਦੀ ਜਾਏਗੀ। ਜਿਵੇਂ ਕਿ ਇਸ ਨੂੰ ਆਪਾਂ ਹੋਰ ਫਾਸਟ ਵਜਾਉਂਦੇ ਹਾਂ, ਦੇਖੋ। ਇਸ ਤੋਂ ਬਾਅਦ ਲਾਸਟ 'ਤੇ ਇਹਦੀ ਧਿਆਈ ਇਹਦੇ ਬੋਲ ਹਨ ਧਾਤੀ ਧਾ ਤਿਰ ਕਿੱਟ ਤੱਕ ਤਿੱਟ ਕਿੱਟ ਧਾ, ਧਾਤੀ ਧਾ ਤਿੱਟ ਕਿੱਟ ਤੱਕ ਤਿੱਟ ਕਿੱਟ ਧਾ, ਧਾਤੀ ਧਾ ਤਿਰ ਕਿੱਟ ਤੱਕ ਤਿੱਟ ਕਿੱਟ ਧਾ, ਧਾਤੀ ਧਾ ਤਿਰ ਨਾਲ ਮੈਂ ਸਪੇਸ ਲਾ ਰਿਹਾ ਹਾਂ, ਉੱਥੇ ਮੈਂ ਕੱਕਾ ਬੋਲ ਜੋ ਹੈ ਮੈਂ ਇਸ ਬੋਲ ਦਾ ਪ੍ਰਯੋਗ ਕਰ ਰਿਹਾ ਹਾਂ। ਧਾ ਧੀ ਧਾ ਤਿੱਟ ਕਿੱਟ ਤੱਕ ਤਿੱਟ ਕਿੱਟ ਧਾ ਕੱਤ, ਧਾ ਧੀ ਧਾ ਤਿੱਟ ਕਿੱਟ ਤੱਕ ਤਿੱਟ ਕਿੱਟ ਧਾ ਕੱਤ, ਧਾ ਧੀ ਧਾ ਤਿੱਟ ਕਿੱਟ ਤੱਕ ਤਿੱਟ ਕਿੱਟ ਧਾ। ਬਹੁਤ ਹੀ ਖੂਬਸੂਰਤ ਆਈ ਹੈ। ਹੁਣ ਇਹਨੂੰ ਥੋੜ੍ਹਾ ਜਿਹਾ ਆਪਾਂ ਫਾਸਟ ਵਜਾਉਂਦੇ ਹਾਂ। ਸੋ ਪਿਆਰੇ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਮੈਂ ਜੋ ਤੁਹਾਡੇ ਸਾਹਮਣੇ
ਪਲੇਅ ਕੀਤਾ ਹੈ। ਤੁਸੀਂ ਇਹਨਾਂ ਬੋਲਾਂ ਨੂੰ ਬਹੁਤ ਧਿਆਨ ਨਾਲ ਸੁਣਨਾ, ਧਿਆਨ ਨਾਲ ਸੁਣ ਕੇ ਇਹਦੇ ਵਿੱਚੋਂ ਬੋਲ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਆਰਾਮ ਨਾਲ ਹੀ ਬੋਲ ਸਾਰੇ ਤੁਹਾਡੇ ਕਲੀਅਰ ਹੋਣਗੇ। ਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ। ਸੋ ਮਿਲਦੇ ਹਾਂ ਜਲਦੀ ਹੀ ਆਪਾਂ ਨੈਕਸਟ ਵੀਡੀਓ ਦੇ ਵਿੱਚ। ਤੋ ਮੇਰੇ ਵੱਲੋਂ ਮੇਰੇ ਪਿਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।